बड़ा काम हो गया यार, नहीं करे कोई काम है ना। बापू नू आख्या कोई ट्रैक्टर ट्रुक्टर देख ला वधिया यार, कोई सीजन सूजन ला लिया करांगे तूड़ी दा। वो भाएं तूड़ी ज्यादा पसुना तूड़ी नहीं पाई हुए, बड़ा बड़ा गाला कड्डूगा। चल पाइए तूड़ी, होया मुंडा तैयार आ। इक तेरे थले भी फोड़िया, इक मेरे थले भी फोड़िया, बस फर्क इना है खेतां विच ते तेरी फोड़िया निरोड़िया साढ़े सिर ते। मैं इत्थे बैठा ही बैठी हुई खेत आगे धुप्पे बस। अच्छा ट्रैक्टर लिया भाई आप फोड़? बधाइयां भी तेनू, बधाइयां रब तेनू भावे। ਤੁਸੀਂ ਵੀ ਲਿਆਓ ਨਾ ਹੁਣ, ਆਸ਼ਾ ਦੇ ਲਈ ਫਿਰਦਾ ਸੜਿਆ ਜਾ। ਉਹ ਬਾਪੂ ਵੇਚਣ ਨਹੀਂ ਦਿੰਦਾ ਹੈਗਾ ਟਰੈਕਟਰ ਬਸ, ਕਹਿੰਦਾ ਆਪਣੇ ਕੋਲ ਆਹੀ ਠੀਕ ਹੈ। ਉਹਨੂੰ ਵੇਚ ਕੇ ਤੁਸੀਂ ਕੀ ਲੈਣਾ ਹੋਰ ਤਾਂ ਲੈ ਲਓ ਟਰੈਕਟਰ। ਬਸ ਟਾਈਮ ਟ ਪਾਈ ਜਾਂਦਾ ਆਪਣੇ ਟਰੀ ਕਰਨਾ ਯਾਰ ਬਾਈ ਯਾਰ, ਕਰਨਾ ਕਿਉਂ ਨਹੀਂ, ਝੱਟ ਦੇਖਣਾ ਮੈਂ ਤੇਰੇ ਨਾਲ। ਮੈਂ ਨਾ ਝੱਟ ਕੇ ਦੇਖਣਾ, ਉਹ ਤਾਂ ਟਰੈਕਟਰ ਮੇਰੇ ਕੋਲ ਯਾਰ। ਹੋਰ ਲਿਆ ਟੋਚਨ ਪਾਊ ਮੈਂ ਤੇਰੇ ਨਾਲ। ਪਾਉਣਾ ਟੋਚਨ ਨੇ, ਕੋਈ ਲਿਆਊਂ ਯਾਰ ਸਾਡਾ ਟਰੈਕਟਰ ਆਹੋ। ਸੜੀ ਠੀਕ ਆ ਮੇਰੇ ਕੋਲ ਤਾਂ ਬਾਈ ਯਾਰ। ਤੇਰਾ ਪਿਓ ਤਾਂ ਉਸੇ ਨਾਲ ਹੀ ਰੰਗ ਲਾਹੀਗਾ, ਤੂੰ ਤਾਂ ਹੁਣ ਹੋਰ ਲਿਆ। ਕੋਈ ਲਿਆਊਂਗਾ ਫਿਰ ਮੈਂ, ਉਧਰ ਪਹੁੰਚੀ ਕਰਨਾ ਉਹ ਤੇਰੇ ਨਾਲ ਪਾ ਲੂੰਗਾ ਬਸ। ਤੂੰ ਲਿਆ ਹੀ ਟਰੈਕਟਰ ਫਿਰ ਦੋ ਚਰ ਪਾਵਾਂਗੇ। ਕੋਈ ਨਹੀਂ ਪਾਲਾਂਗੇ ਟੋਚ ਨੇ ਯਾਰ। ਉਹ ਛੋਟਾ ਵਾਲਾ ਸਾਡੇ ਜੇ ਨੂੰ ਤਾਂ ਕੋਈ ਤਗੜਾ ਬੰਦਾ ਪਿੰਡ ਵਾਲਾ ਪਿੰਡ ਲੈ ਜੇ ਖਿੱਚ ਕੇ। ਪਰ ਲੈ ਜੇ ਲੈ ਤੂੰ ਪਾਗੇ ਟਰੈਕਟਰ ਲੈ ਗਿਆ ਵੀ ਯਾਰ, ਹਵਾ ਹੀ ਮਾਰਦੇ ਲੈ ਕੇ। ਚੱਲ ਠੀਕ ਆ ਤੂੰ ਛੇਤੀ ਲੈ ਫਿਰ ਮੈਂ ਤੇਰੇ ਨਾਲ ਟੋਚਰ ਪਾਉਣਾ। ਭਾਈ ਬਾਪੂ ਨੂੰ ਕਹਿਣਾ ਵੀ ਜੌਂਡੀ ਯਾਰ ਰਹਿ ਕਿਤੇ, ਐਂ ਗੱਲ ਬਣਦੀ ਨਹੀਂ ਹੋਣਾ। ਸਰੀਕਾਂ ਦੀ ਅਣਖ ਭੰਨਣੀ ਹੈ, ਐਂ ਲੋਟ ਨਹੀਂ ਆਉਂਦੇ। ਥੋੜੀ ਬਾਹਲੀ ਬੇਇੱਜ਼ਤੀ ਕਰੀ ਜਾਂਦਾ ਪਿੰਡ ਚ। ਉਹ ਤਾਂ ਆਹੀ ਆ ਫੁਕਰਾਇਆ, ਮੇਰੇ ਕੋਲ ਵੀ ਆਹੀ ਟਰੈਕਟਰ ਜਿਹਾ ਲੈ ਕੇ ਕਈ ਵਾਰੀ। ਲੋਕਾਂ ਨੇ ਆਖਿਆ, ਮੈਂ ਹਰੇਕ ਨੂੰ ਕਹਿੰਦਾ, ਉਹ ਕਹਿੰਦਾ ਵੀ ਉਹਨਾਂ ਦਾ ਆਸ਼ਾ ਕਦੇ ਮਰੇਸ਼ਾ ਕਰਕੇ ਟੱਪ ਜਾਂਦਾ ਕੋਲ ਦੀ, ਕਦੇ ਹਾਰਨ ਮਾਰ ਦਿੰਦਾ ਤੇ ਬੋਲਦੇ ਤਾਂ ਹੈ ਨਹੀਂ, ਉਹਦਾ ਨੀਵੀਂ ਜੀ ਪਾ ਕੇ ਖੜੇ ਰਹਿੰਦੇ ਹੈਗੇ। ਉਹ ਗੱਲ ਤਾਂ ਤੇਰੀ ਠੀਕ ਆ, ਉਹ ਮੈਂ ਚੱਲ ਦੇਖੀ ਨਹੀਂ, ਮੈਂ ਚੱਲ ਕਰੀ ਜਾਂਦੇ ਯਾਰ ਟਾਈਮ ਉਹਦਾ। ਦੇਖੀ ਤਾਂ ਕੀ ਜਾਣਦੇ, ਇੰਨੀ ਇੱਕ ਅੱਧੇ ਵਾਰੀ ਤਾਂ ਚੱਲ ਹੁੰਦਾ ਯਾਰ, ਇੰਨੇ ਵਾਰੀ ਥੋੜ੍ਹੀ ਹੁੰਦਾ। ਹਾਂ ਉਹ ਗੱਲ ਤਾਂ ਤੇਰੀ ਸਹੀ ਹੈ, ਸਹੀ ਗੱਲ ਆ ਤੇਰੀ। ਤੁਸੀਂ ਵੀ ਲਿਆਓ ਟਰੈਕਟਰ ਟਰੁਕਟਰ, ਕੋਈ ਵੱਡਾ ਲਿਆਓ ਨਾ ਯਾਰ ਟਰੈਕਟਰ ਤੁਸੀਂ। ਵੱਡਾ ਲਿਆਈ ਵਾ ਡੰਗ ਲਾਈ ਜਾਂਦਾ ਯਾਰ ਬਾਪੂ, ਐਂ ਵਾ ਠੀਕ ਹੈਗਾ ਡੰਗ ਲਾਉਂਦਾ ਆਪਣਾ ਵਧੀਆ। ਡੰਗ ਲਾ ਕੀ ਕਰਨਾ, ਕੋਈ ਵਧੀਆ ਆਪਦਾ ਨਾਲੇ ਕੰਮ ਤੋਰ ਲਈ, ਕੋਈ ਵੱਡਾ ਟਰੈਕਟਰ ਲਿਆ ਕੇ ਕਿਰਾਏ ਤੇ ਲਾ ਦੇ ਆਪਦਾ। ਗੱਲ ਤਾਂ ਤੇਰੀ ਵੀ ਸਹੀ ਆਉਂ ਯਾਰ, ਆਸ਼ੇ ਨਾਲ ਹੁਣ ਕਿਹੜੇ ਕੰਮ ਹੁੰਦੇ ਆ ਯਾਰ। ਉਹ ਗੱਲ ਤਾਂ ਤੇਰੀ ਠੀਕ ਹੈ, ਕਾਹਨੂੰ ਆਸ ਦਾ ਕੰਮ ਆਸੇ ਦੇਈ ਜਾਂਦਾ ਕੰਮ। ਨਾਲੇ ਹੁਣ ਹਰੇ ਚਾਰੇ ਦਾ ਇਕੱਲਾ ਉਹ ਵੀ ਵਿਹਲਾ ਹੁੰਦਾ, ਤੂੰ ਆਪਦਾ ਕੰਮ ਤੇ ਲੱਗ ਜਾਇਆ ਕਰ, ਨਾਲੇ 4 ਰੁਪਏ ਬਣੀ ਜਾਣਗੇ। ਆਹ ਗੱਲ ਤੇਰੀ ਵੀ ਸਹੀ ਆ, ਵਿਹਲੇ ਹੁੰਦਾ ਘਰੇ ਮੈਂ ਨਾ। ਕਰ ਲਈ ਆਪਦੇ ਬਾਪੂ ਨਾਲ ਰਾਇ ਤੂੰ। ਹਾਂ ਨਾਲੇ ਟਰੈਕਟਰ ਆ ਜੋ, ਨਾਲੇ ਉਹਨਾਂ ਦੀ ਅੜੀ ਭੰਨੀ ਜਾਊਗੀ ਨਾ, ਨਾਲੇ ਉਹਨਾਂ ਦੀ ਅੜੀ ਭੰਨੀ ਜਾਊ, ਨਾਲੇ ਉਹਨਾਂ ਨੂੰ ਪਤਾ ਲੱਗ ਜੂਗਾ ਬਾਲੀਆਂ ਫੜਾਈਆਂ ਮਾਰਦੇ ਆ। ਹਾਂ ਹਾਂ ਗੱਲ ਤੇਰੀ ਸਹੀ ਆ, ਗੱਲ ਤੇਰੀ। ਚੱਲ ਦੇਖਦਾ ਬਾਪੂ ਨੂੰ ਮੈਂ ਕਹਿਣਾ। ਕਰ ਲਈ ਬਾਪੂ ਨਾਲ ਗੱਲ ਤੇਰੇ ਨਾਲ, ਨਾਲੇ ਆਪਦਾ ਸੰਤ ਬਣ ਜੂਗਾ ਵਧੀਆ ਯਾਰ। ਹਾਂ ਹਾਂ ਸੰਤ ਬਣ ਜੂਗਾ। ਹੋਰ ਹੋਰ ਵਧੀਆ, ਤੂੰ ਵਧੀਆ ਬਸ ਠੀਕ। ਚਾਹ ਪਿਆ ਦਿੰਦੇ ਹਾਂ। ਬਸ ਬਾਈ ਧੰਨਵਾਦ, ਮੈਂ ਤੇਰੇ ਕੋਲ ਆਹੀ ਕੰਮ ਆਇਆ ਸੀਗਾ। ਉੱਥੇ ਬਣੀ ਵੀ ਆ ਚਾਹ ਆ। ਨਾ ਨਾ ਬਸ ਧੰਨਵਾਦ ਬਾਈ, ਕਰ ਲਈ ਗੱਲ ਤੇਰੇ ਬਾਪੂ ਨਾਲ। ਹਾਂ ਹਾਂ ਕੋਈ ਨਹੀਂ ਕਰੂੰਗਾ ਮੈਂ। ਠੀਕ ਆ ਚੰਗਾ ਜਵਾਨਾ, ਅੱਜ ਫਿਰ ਚਹਿਲਾਂ ਦੇ ਮੁੰਡੇ ਨੂੰ ਅੱਗ ਲਾ ਕੇ ਆਈਏ। ਮੋਟਰ ਵੀ ਹੈਗੇ ਨੂੰ, ਹੋ ਕੀ ਗਏ ਨੂੰ ਯਾਰ, ਹੈਂ ਮੈਂ ਪਤਾ ਲੱਗੇ ਯਾਰ ਕੀ ਹੋ ਗਿਆ। ਬਾਪੂ ਆਖਿਆ ਟਰੈਕਟਰ ਆਪਾਂ ਹੋਰ ਲਿਆਉਣਾ, ਗੱਲ ਕਰ ਤੂੰ ਨਹੀਂ ਮੰਨਦਾ ਤੂੰ। ਬੇਚੇ ਨੂੰ
ਕੋਈ ਨੀ ਫੇਰ ਦਾਂਗੇ ਯਾਰ ਤੂੰ ਬਾਬੂ ਯਾਦ ਆ ਬਾਪੂ ਨਾਲ ਕਰਨੀ ਪਊਗੀ ਹੁਣ ਤਾਂ ਪੱਕਾ ਗੱਲ ਮੈਂ ਤਾਂ ਬਾਪੂ ਕੋਲ ਹੁਣੀ ਕਰਕੇ ਆਉਣਾ ਯਾਰ ਗੱਲ ਆ ਕੋਈ ਟਰੈਕਟਰ ਲੈ ਕੇ ਆਉਣਾ ਨਵਾਂ ਯਾਰ ਇਹ ਨਾ ਮੱਥਾ ਮਰਵਾਈ ਜਾਂਦਾ ਗਾ ਉਹ ਲੈ ਫੇਰ ਝੇੜ ਕਰ ਗਿਆ ਕੇ ਮੇਰੇ ਨਾਲ ਆ ਕੇ ਹੁਣ ਉਹ ਕੋਈ ਨੀ ਪੁੱਤ ਕਰਦਾ ਗੱਲ ਬਾਪੂ ਨਾਲ ਜਾਂਦੀ ਯਾਰ ਕੱਲ ਕੱਲ ਬਾਰੀ ਮਰਵਾਤੀ ਪੱਟ ਕੇ ਲਿਜਾਈਏ ਇਹਨੂੰ ਤੂੰ ਤਾਂ ਏਡਾ ਜਗਾੜ ਲੋਟ ਹੀ ਨਹੀਂ ਆਉਣਾ ਇਹ ਆ ਕਿੱਲੇ ਜਾ ਵੀ ਟੁੱਟ ਗਿਆ ਅੰਗੇ ਹੀ ਹੋ ਗਿਆ ਚੱਲ ਦੇਖ ਬਾਪੂ ਠੀਕ ਹੈ ਹੋਰ ਮੈਂ ਕਹਿੰਦੀ ਬਾਪੂ ਤੇਰੇ ਨਾਲ ਗੱਲ ਆ ਜੌਂਡੀਅਰ ਟਰੈਕਟਰ ਲੈ ਕੇ ਆਈਏ ਆਪਾਂ ਸਾਪਾ ਤੈਨੂੰ ਮੈਂ ਕਹਿਤਾ ਨੂੰ ਬਸ ਮੈਂ 15-20 ਸਾਲ ਹੋ ਗਏ ਮੈਨੂੰ ਤਾਂ ਮੈਂ ਤਾਂ ਉਹਦੇ ਨਹੀਂ ਵਾਹੀ ਕਰਨਾ ਯਾਰ ਆਸਾ ਟਰੈਕਟਰ ਕੀ ਮਾੜਾ ਹੁੰਦਾ ਕਿ ਮੈਂ ਇੱਥੋਂ ਨਹੀ
ਚਾਹੀਦਾ ਯਾਰ ਜਾਂਦੀ ਯਾਰ ਇੰਨੇ ਰੁਪਈਏ ਕਿੱਥੋਂ ਲਿਆਵਾਂਗੇ ਇੰਨੇ ਰੁਪਈਏ ਹੁਣ ਮੈਨੂੰ ਪਤਾ ਜਿਹੜਾ ਆਪਣੇ ਜੈਲਦਾਰ ਕੇ ਮੰਗਾ ਗਾ ਰੋਜ਼ ਟੈਕਟਰ ਲਿਆਉਂਦਾ ਉਹਨਾਂ ਨੇ ਫੋੜ ਤੇ ਰੋਜ਼ ਮੈਂ ਇੱਕ ਦਿਨ ਨੱਕਾ ਵੱਢਦਾ ਹੋਣਾ ਜਾਂ ਸੜੇ ਚੱਕਾ ਕਿਤੇ ਕੁਛ ਘਰ ਰੇਸ ਦੇ ਕੇ ਟੱਪ ਜਾ ਕਹਿੰਦਾ ਪਾਉਣਾ ਟੋਚਨ ਮੈਂ ਟੋਚਨ ਕਿਵੇਂ ਪਾਲਾ ਸਕਦਾ ਮੈਂ ਤਾਂ ਜੌਂਡੀਆਂ ਨਾਲ ਲਿਆ ਕੇ ਟੋਚਨ ਪਾਉਣਾ ਉਹਦੇ ਨਾਲ ਬਸਤਰ ਮੈਂ ਦੱਸਦਾ ਰੇਸ ਦੇ ਕੇ ਟੱਪੀ ਜਾਵੇ ਯਾਰ ਆਪਾਂ ਨੂੰ ਫਿਰ ਕੀ ਰੇਸ ਦੇ ਕੇ ਆਪਣੇ ਵੀ ਕੋਈ ਇੱਜ਼ਤ ਆ ਗਈ ਰੋਜ਼ ਰੇਸ ਦੇ ਕੇ ਟੱਪ ਜਾਂਦਾ ਯਾਰ ਗੱਲ ਆ ਕੋਈ ਹੈ ਕੁਛ ਨੀ ਹੁੰਦਾ ਇੰਨੇ ਰੁਪਏ ਹੁਣ ਚਾਰ ਪੰਜ ਲੱਖ ਦਾ ਆਊਗਾ ਉਹ ਆਊਗਾ ਚਾਰ ਪੰਜ ਲੱਖ ਜਾਂ ਕੰਮ ਵੀ ਦਊਗਾ ਅਗਲਾ ਹੁਣ ਦੇਊਗਾ ਕੰਮ ਉਹ ਸਾਰਾ ਨਾ ਅਸੀਂ ਪਿੱਤ ਪਿੱਤ ਕਰੀ ਜਾਂਦਾ ਅਸੀਂ ਤੇ ਯਾਰ ਆਪਾਂ ਜੌਂਡੀ ਯਾਰ ਲਿਆਵਾਂਗੇ ਵਧੀਆ ਯਾਰ ਗੱਲ ਕਰ ਤੂੰ ਮੰਨਦਾ ਤੂੰ ਨਹੀਂ ਯਾਰ ਜੌਂਡੀ ਯਾਰ ਤੋਂ ਕਰਾਉਣਾ ਕੀ ਹੈ ਮੈਂ ਤੈਨੂੰ ਦੱਸਦਾ ਮੈਨੂੰ ਨੀ ਪਤਾ ਜੀ ਮੈਂ ਤਾਂ ਟਰੈਕਟਰ ਲਿਆਉਣਾ ਉਹਨਾਂ ਨੂੰ ਦਿਖਾਉਣਾ ਵੀ ਯਾਰ ਸਾਡੇ ਕੋਲ ਵੀ ਹੈਗੇ ਆ ਪੈਸੇ ਸਾਡੇ ਕੋਲ ਵੀ ਹਿੰਮਤ ਹੈਗੀ ਹੈ ਐਂ ਤਾਂ ਹੈਗੀ ਆਪਣੇ ਕੋਲ ਹੁਣ 12-13 ਕਿੱਲੇ ਵਾਹਣ ਹੈ ਵਧੀਆ ਟਰੈਕਟਰ ਆਪਣੇ ਕੋਲ ਯਾਰ ਮਾੜਾ ਕਿ ਉਹ ਮਾੜਾ ਤਾਂ ਹੈ ਨਹੀਂ ਮੈਂ ਤੈਨੂੰ ਐਂ ਕਹਿਣਾ ਮੈਂ ਤਾਂ ਲੈ ਕੇ ਆਉਣਾ ਜੌਂਡੀ ਯਾਰ ਲੈ ਕੇ ਆਉਣਾ ਬਸ ਬੰਦਾ ਕੁਛ ਨਹੀਂ ਪਤਾ ਯਾਰ ਜੌਂਡੀ ਯਾਰ ਮੈਂ ਤਾਂ ਬਸ ਦਿਖਾਉਣਾ ਵੀ ਅਸੀਂ ਟਰੈਕਟਰ ਲਿਆ ਸਕਦੇ ਹਾਂਗੇ ਪਹਿਲਾਂ ਦੀ ਲਿਮਿਟ ਬਣਾ ਆਪਣੇ ਕਿੱਥੋਂ ਚੱਕ ਰੁਪਈਏ ਮੈਂ ਤਾਂ ਟਰੈਕਟਰ ਲਿਆ ਕੇ ਜੌਂਡੀ ਯਾਰ ਬਸਤਰ ਮੈਂ ਦੱਸ ਮੈਨੂੰ ਨਹੀਂ ਪਤਾ ਬਸਤਰ ਨੂੰ ਮੈਂ ਕਹਿਤਾ ਬਾਪੂ ਯਾਰ ਮੈਂ ਤਾਂ ਭੰਨੀ ਉਹਨਾਂ ਦੀ ਅਣਖ ਮੈਨੂੰ ਜੌਂਡੀ ਆ ਟਰੈਕਟਰ ਚਾਹੀਦਾ ਆਹ ਬੁੱਧੋ ਵਾਲੇ ਮੰਡੇ ਪਰ ਚੱਲਾਂ ਟਰੈਕਟਰ ਲੈਣ ਆਪਣੇ ਏਜੰਸੀ ਕਿਹੜਾ ਕਿੱਥੋਂ ਮਰਜ਼ੀ ਕਢਾਈ ਪਹਿਲੇ ਕਿਸੇ ਬਾਈ ਨੂੰ ਪੁੱਛੋ ਮੈਂ ਟਰੈਕਟਰ ਜੌਂਡੀ ਆ ਚਾਹੀਦਾ ਬਸਤਰ ਨੂੰ ਕਹਿਤਾ ਚੱਲ ਦੇਖਦੇ ਹਾਂ ਫਿਰ ਆਪਾਂ ਮੈਂ ਦਿਖਾਉਣਾ ਹੁੰਦਾ ਵੀ ਜੌਂਡੀ ਆਕੜ ਭੰਨੀ ਉਹਨਾਂ ਦੀ ਵੱਡੇ ਵੱਡੀ ਦੀ ਮੈਂ ਚੱਲ ਫਿਰ ਦੇਖਦੇ ਹਾਂ ਆਪਾਂ ਕਰ ਲੈਂਦੇ ਹਾਂ ਹੱਲ ਕੋਈ ਗੱਲ ਨਹੀਂ ਪਹਿਲਾਂ ਪੰਗਾ ਉਹਨੇ ਮੈਂ ਦੱਸਿਆ ਮੈਂ ਕਹਿਤਾ ਬਸ ਮੈਂ ਟਰੈਕਟਰ ਚਾਹੀਦਾ ਜੌਂਡੀ ਆ ਬਸ ਯਾਰ ਦੱਸ ਮੈਨੂੰ ਨਾਲੇ ਚੱਲ ਦੇਖਦੇ ਹਾਂ
ਟਰੈਕਟਰ ਲਿਆਉਂਗਾ ਅੜਦਾ ਨਹੀਂ ਆਏ ਵੀਰੇ ਉਹ ਪੰਗੇ ਲੈਂਦਾ ਕਿਧਰੋਂ ਆਇਆ ਉਹ ਤੂੰ ਪੰਗੇ ਲੈਂਦਾ ਇਹ ਰੋਜ਼ ਜੌਂਡੀਅਰ ਬਈ ਜੌਂਡੀਅਰ ਇਹ ਖਿੱਚ ਕੇ ਲੈ ਦਿਓ ਚੱਕੀ ਛੋੜਾ ਲੈਂਦਾ ਪੰਗੇ ਜਾ ਬਾਜਾ ਆਇਆਂਦਾ ਇੱਥੇ ਬਾਪੂ ਇਹ ਛੋੜਾ ਪੰਗੇ ਲੈ ਜਿੱਦਾਂ